ਸੋ ਆਪਾਂ ਗੱਲ ਕਰ ਰਹੇ ਸੀ ਬਠਿੰਡਾ ਸੀਟ ਦੀ ਕਿ ਇਹ ਜਿਹੜੀ ਹੈਗੀ ਹੈ ਉਹ ਵਿਵਾਦ ਦਾ ਸਵਾਲ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਹਰ ਸਿਮਰਤ ਬਾਦਲ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਨੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇੱਥੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਲੱਖਾ ਸਿਧਾਣਾ ਨੇ ਇੱਥੇ ਵੀ ਸਮੀਕਰਨ ਵਿਗਾੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਦੇ ਜਿਹੜੇ ਕੈਂਡੀਡੇਟ ਨੇ ਲੱਖਾ ਸਿਧਾਣਾ ਮਾਨ ਦਲ ਦੇ ਕੈਂਡੀਡੇਟ ਨੇ ਉਹਨਾਂ ਨੇ ਇੱਥੇ ਕਹਾਣੀ ਥੋੜੀ ਜੀ ਇੱਧਰ ਉੱਧਰ ਕੀਤੀ ਹੈ ਤੇ ਇੱਕ ਕਾਂਗਰਸ ਜਿਹੜੀ ਇੱਥੋਂ ਹੈਗੇ ਨੇ ਜੀਤਮਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਕਦੇ ਅਜੇ ਤੱਕ ਲੋਕ ਸਭਾ ਚੋਣ ਨਹੀਂ ਲੜੀ ਜੀਤਮਿੰਦਰ ਸਿੰਘ ਸਿੱਧੂ ਹਾਲਾਂਕਿ ਐਮ ਐਲ ਏ ਵਜੋਂ ਜਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਹੇ ਨੇ ਉਹ ਇੱਥੇ ਟੱਕਰ ਦੇ ਰਹੇ ਨੇ ਕਾਂਗਰਸ ਦੇ ਵੱਲੋਂ ਸੋ ਬਠਿੰਡੇ ਦੀ ਕਹਾਣੀ ਕਿੱਧਰ ਨੂੰ ਜਾਊਗੀ ਇਹ ਕੁਝ ਨਹੀਂ ਕਿਹਾ ਜਾ ਸਕਦਾ ਬੀਬਾ ਹਰ ਸਿਮਰਤ कौर ਬਾਦਲ ਜੇ ਹਾਰਦੇ ਨੇ ਤਾਂ ਜ਼ਾਹਿਰ ਤੌਰ ਤੇ ਪਰਿਵਾਰ ਦੇ ਲਈ ਇਹ ਬਹੁਤ ਵੱਡਾ ਝਟਕਾ ਹੋਏਗਾ ਬਾਦਲ ਪਰਿਵਾਰ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਵੱਡਾ ਝਟਕਾ ਹੋਊਗਾ ਜਾਂ ਨਹੀਂ ਇਸ ਵਾਰੀ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਪਤਾ ਲੱਗਿਆ ਹੈ ਕਿ ਅੰਦਰ ਖਾਤੇ ਗੱਲਾਂ ਬਾਤਾਂ ਜਦੋਂ ਕਰਦੇ ਆ ਤਾਂ ਅੰਦਰ ਖਾਤੇ ਕਈ ਹੈਗੇ ਨੇ ਇਹੋ ਜਿਹੇ ਅਕਾਲੀ ਲੀਡਰ ਜਿਹੜੇ ਚਾਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇੱਕ ਵਾਰੀ ਹਾਰ ਤਾਂ ਹੋਣੀ ਚਾਹੀਦੀ ਹੈ ਬੀਬੀ ਜੀ ਦੀ ਤਾਂ ਹੋ ਸਕਦਾ ਹੈ ਕਿ ਬਾਦਲ ਪਰਿਵਾਰ ਇਸ ਸ਼ਰਮਣੀ ਅਕਾਲੀ ਦਲ ਨੂੰ ਬਚਾਉਣ ਦੀ ਜੰਗ ਦੇ ਵਿੱਚ ਥੋੜਾ ਬਹੁਤਾ ਆਪਣਾ ਆਪਣਾ ਜਿਹੜਾ ਸੋਚ ਦਾ ਪੱਧਰ ਹੈ ਉਹ ਬਦਲੇਗਾ ਕਿਉਂਕਿ ਹੁਣ ਤੱਕ ਤਾਂ ਇਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲਪਾਵੇਂ ਇਸ ਦੁਨੀਆ ਤੋਂ ਚਲੇ ਗਏ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਮੁਖ ਵਾਗਡੋਰ ਹੈ ਜਿਹੜੀ ਉਹ ਬਾਦਲ ਪਰਿਵਾਰ ਦੇ ਹੱਥ ਦੇ ਵਿੱਚ ਹੀ ਹੈ ਅੰਦਰ ਖਾਤੇ ਕੁਝ ਵਰਕਰ ਵੀ ਸ਼ਾਇਦ ਚਾਹੁੰਦੇ ਨੇ ਕਿ ਇਹ ਜਿਹੜੀ ਸੀਟ ਹੈ ਉਹ ਅਕਾਲੀ ਦਲ ਦੇ ਖਾਤੇ ਵਿੱਚ ਨਾ ਜਾਵੇ ਪਰ ਜਿਹੜੇ ਅਕਾਲੀ ਦਲ ਦੇ ਜਿਹੜੇ ਨਿੱਡਰ ਪਹਿਰੇਦਾਰ ਹੈਗੇ ਨੇ ਜਾਂ ਫਿਰ ਅਕਾਲੀ ਦਲ ਦੇ ਨਾਲ ਜੁੜੇ ਹੋਏ ਪੱਕੇ ਸਪੋਰਟਰ ਨੇ ਉਹ ਇਹ ਜ਼ਰੂਰ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਨਾ ਕੋਈ ਸੀਟ ਤਾਂ ਜ਼ਰੂਰ ਜਿੱਤ ਜਾਵੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜਾ ਹੈਗਾ ਖੇਤਰੀ ਪਾਰਟੀ ਹੈ ਤੇ ਖੇਤਰੀ ਪਾਰਟੀ ਸਿੱਖਾਂ ਦੀ ਖਤਮ ਨਹੀਂ ਹੋਣੀ ਚਾਹੀਦੀ ਅਕਾਲੀ ਦਲ ਨੂੰ ਆਸਾਂ ਨੇ ਬਠਿੰਡਾ ਸੀਟ ਤੋਂ ਫਿਰੋਜ਼ਪੁਰ ਸੀਟ ਤੋਂ ਆਨੰਦਪੁਰ ਸਾਹਿਬ ਦੀ ਸੀਟ ਤੋਂ ਜਿੱਥੇ ਪ੍ਰੇਮ ਸਿੰਘ ਚੰਦੂमाजरा ਖੜੇ ਹੋਏ ਨੇ ਅਤੇ ਚੌਥੀ ਜਿਹੜੀ ਸੀਟ ਹੈ ਪਟਿਆਲੇ ਦੀ ਸੀਟ ਐਨ ਕੇ ਸ਼ਰਮਾ ਉਹ ਵੀ ਇੱਥੇ ਕਹਿੰਦੇ ਮੁਕਾਬਲੇ ਦੇ ਵਿੱਚ ਹੈਗੇ ਨੇ ਸੋ ਅੱਜ ਵੋਟਾਂ ਦੀ ਗਿਣਤੀ ਹੈ ਜਿਹੜੀ ਉਹ ਕਿੱਧਰ ਨੂੰ ਕਹਾਣੀ ਲੈ ਕੇ ਜਾਏਗੀ ਕੁਝ ਨਹੀਂ ਕਿਹਾ ਜਾ ਸਕਦਾ ਦੋ ਸੀਟਾਂ ਸੰਗਰੂਰ ਤੇ ਬਠਿੰਡਾ ਦੀ ਆਪਾਂ ਗੱਲ ਕੀਤੀ ਹੈ ਉਸ ਤੋਂ ਬਾਅਦ ਵੱਡੀ ਸੀਟ ਆ ਜਾਂਦੀ ਹੈ ਖਡੂਰ ਸਾਹਿਬ ਦੀ ਖਡੂਰ ਸਾਹਿਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਸਮੀਕਰਨ ਵਿਗਾੜ ਦਿੱਤੇ ਸਿਆਸੀ ਸਮੀਕਰਨ ਬਦਲ ਦਿੱਤੇ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੇ ਅਮਰਿਤਪਾਲ ਸਿੰਘ ਭਾਵੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਸ ਵਕਤ ਬੈਠਾ ਹੈ ਪਰ ਅਮਰਿਤਪਾਲ ਦੇ ਹੱਕ ਵਿੱਚ ਜਿਸ ਤਰੀਕੇ ਦੀ ਹਨੇਰੀ ਖਡੂਰ ਸਾਹਿਬ ਦੇ ਵਿੱਚ ਵਗੀ ਇਲੈਕਸ਼ਨ ਤੋਂ ਜਿਹੜਾ ਹੈਗਾ ਮਹੀਨਾ ਪਹਿਲਾਂ ਤੇ ਫਿਰ ਲਗਾਤਾਰ ਵਗਦੀ ਰਹੀ ਉਹ ਹਨੇਰੀ ਕੀ 1 ਜੂਨ ਨੂੰ ਵੋਟਾਂ ਦੇ ਵਿੱਚ ਤਬਦੀਲ ਹੋਈ ਹੈ ਇਹ ਵੀ ਮਸ਼ੀਨਾਂ ਖੁੱਲਣ ਤੋਂ ਬਾਅਦ ਹੀ ਪਤਾ ਲੱਗੂਗਾ ਜੀਤੋ ਵੀ ਖਡੂਰ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਪੁੱਛਦੇ ਸੀ ਕਿ ਕੋਈ ਇਹ ਨਹੀਂ ਸੀ ਕਿ ਆਜ਼ਾਦ ਉਮੀਦਵਾਰ ਨੂੰ ਕੋਈ ਜਾਣਦਾ ਹੀ ਨਹੀਂ ਜ਼ਿਆਦਾਤਰ ਇਹ ਹੁੰਦਾ ਹੈ ਕਿ ਆਜ਼ਾਦ ਉਮੀਦਵਾਰ ਲੋਕਾਂ ਦੇ ਮੂੰਹ ਤੇ ਇਹਨੇ ਚੜਦੇ ਨਹੀਂ ਆਜ਼ਾਦ ਉਮੀਦਵਾਰਾਂ ਦੇ ਬਾਰੇ ਲੋਕ ਜਾਣਕਾਰੀ ਵੀ ਨਹੀਂ ਰੱਖਦੇ ਹੁੰਦੇ ਸੋ ਖਡੂਰ ਸਾਹਿਬ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਹੋਣ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਹੋਣ ਜਾਂ ਫਿਰ ਕਾਂਗਰਸ ਦੇ ਕੁਲਵੀਰ ਸਿੰਘ ਜ਼ੀਰਾ ਇਹਨਾਂ ਸਾਰਿਆਂ ਨੂੰ ਟੱਕਰ ਦੇ ਰਿਹਾ ਇੱਕੋ ਇੱਕ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੀ ਸੀਟ ਦਾ ਵੀ ਅੱਜ ਫੈਸਲਾ ਹੋਣਾ ਹੈ